ਕਈਆਂ ਦਿਨਾਂ ਤੋਂ ਇਲੈਕਸ਼ਨ ਜਿਹੜੀ ਸੀ ਚੱਲ ਰਹੀ ਸੀ ਪਰ ਜਿਸ ਦਿਨ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਜਾਂਦੇ ਆ ਪ੍ਰੈਸ ਵਾਲਿਆਂ ਨੂੰ ਉਸ ਦਿਨ ਹੀ ਹੁੰਦਾ ਕਿ ਹੁਣ ਐਕਚੁਅਲ ਐਕਸ਼ਨ ਜਿਹੜੀ ਹੈ ਸਟਾਰਟ ਹੋ ਗਈ ਹੈ ਵਾਹਿਗੁਰੂ ਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਇਸ ਹਲਕੇ 'ਚੋਂ ਡੇਰ ਬਾਬਾ ਨਾਨਕ 'ਚੋਂ ਦੋ ਵਾਰਾਂ ਲਗਾਤਾਰ ਗੁਰੂ ਮਹਾਰਾਜ ਨੇ ਜਿੱਤ ਬਖਸ਼ੀ ਆ ਔਰ ਤੀਜੀ ਵਾਰੀ ਫਿਰ ਅਰਦਾਸ ਕਰਕੇ ਆਇਆ ਕਿ ਬਾਬਾ ਨਾਨਕ ਜੇ ਤੇਰੀ ਸੇਵਾ ਕੀਤੀ ਹੈ ਤੇਰੇ ਇਲਾਕੇ ਦੀ ਸੇਵਾ ਕੀਤੀ ਆ ਤਾਂ ਮੇਰੇ 'ਤੇ ਕਿਰਪਾ ਕਰ ਔਰ ਤੀਜੀ ਵਾਰਾਂ ਵੀ ਜਿੱਤ ਦਵਾ ਤਾਂ ਕਿ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕਦਾ। ਮੇਰੇ ਹਿਸਾਬ ਨਾਲ ਤਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ ਕਿ ਸਰਦਾਰ ਭਗਵੰਤ ਸਿੰਘ ਸਿੱਧੂ ਦੀ ਔਲਾਦ ਨਵਜੋਤ ਸਿੰਘ ਸਿੱਧੂ ਦਾ ਪ੍ਰੋਪਰਟੀ ਦਾ ਤਾਂ ਉਹੀ ਰਾਈਟ ਉਹਦਾ ਹੀ ਬਣਦਾ ਸੀ ਅਤੇ ਠੀਕ ਹੈ ਕਿ ਜੇ ਭੈਣਾਂ ਨੂੰ ਕੋਈ ਚੀਜ਼ ਸੀਗੀ ਲੋੜ ਸੀਗੀ ਤਾਂ ਨਵਜੋਤ ਸਿੱਧੂ ਨੂੰ ਤਾਂ ਤੁਸੀਂ ਆਪ ਵੇਖਿਆ ਉਹ ਤਾਂ ਜਿੱਥੇ ਜਾਂਦਾ 10-20 ਲੱਖ ਅਤੇ ਉਹ ਤਾਂ ਵੈਸੇ ਹੀ ਦਾਨ ਆਪਣੀ ਜੇਬ 'ਚੋਂ ਹੀ ਕਰ ਆਉਂਦਾ ਸੀ ਕਹਿ ਲਓ ਵੀ ਮੇਰੇ ਕੋਲ 50 ਲੱਖ ਰੁਪਇਆ ਤਾਂ ਉਹਨੇ ਇੱਕ ਥਾਂ ਕਿੱਥੇ ਤੁਹਾਡੇ ਸਾਹਮਣੇ ਕਾਂਗਰਸ ਜਿਹੜੀ ਤੀਜੇ ਨੰਬਰ 'ਤੇ ਆਉਂਦੀ ਆ ਬੀਜੇਪੀ ਜਿਹੜੀ ਅਮੀਰ ਆਦਮੀ ਆ ਉਹਨਾਂ ਦਾ ਅਮੀਰਾਂ ਦਾ ਤੁਸੀਂ ਹਾਲ ਹੀ ਵੇਖ ਲਿਆ ਤਾਂ ਹੀ ਤਾਂ ਕਿਸਾਨਾਂ ਨੂੰ ਕੁੱਟ ਕੁੱਟ ਕੇ ਉਹਨਾਂ ਨੇ ਬੁਰਾ ਹਾਲ ਕੀਤਾ। ਵੇਖੋ ਜੇ ਵੇਖੋ ਤੁਸੀਂ ਨਾ ਮੇਰੀ ਖਿਆਲ ਹੈ ਕਿ ਥੋੜ੍ਹਾ ਜਿਹਾ ਆਪਾਂ ਨੂੰ ਸੰਕੋਚ ਵਰਤਣਾ ਚਾਹੀਦਾ ਜਿਹੜੇ ਬੰਦੇ ਨਸ਼ਿਆਂ ਦੇ ਵਿੱਚ ਹੋਣ ਜਿਹੜੇ ਬੰਦੇ ਨਸ਼ਿਆਂ ਨੂੰ ਪੁਸ਼ਤ ਪੰਨੇ ਨਹੀਂ ਕਰਦੇ ਰਹੇ ਹੁਣ ਜਿਹੜਿਆਂ ਲੋਕਾਂ ਨੇ ਗੈਂਗਿਜ਼ਮ ਲਿਆਂਦਾ ਹੋਏ ਪੰਜਾਬ 'ਚ। ਮੈਂ ਅੱਜ ਵੀ ਤੁਹਾਨੂੰ ਕਹਿੰਦਾ ਔਰ ਪਹਿਲਾਂ ਵੀ ਕਹਿੰਦਾ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਦੇ ਟਾਈਮ 'ਚ ਜਿੰਨੀ ਦੇਰ ਜ਼ਿਆ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਰਹੀ ਉਨੀ ਦੇਰ ਤੱਕ ਇਸ ਪੰਜਾਬ ਦੇ ਵਿੱਚ ਮਾਫੀਆ ਰਾਜ ਦਾ ਕਿਤੇ ਨਾਂ ਨਹੀਂ ਸੀ। ਜੇ ਮਾਫੀਆ ਰਾਜ ਆਇਆ ਤਾਂ ਪ੍ਰਕਾਸ਼ ਸਿੰਘ ਬਾਦਲ ਜਿਸ ਦਿਨ ਹੈਲਪਲੈਸ ਹੋ ਗਏ ਉਸ ਦਿਨ ਜੀਜੇ ਸਾਲੇ ਨੇ ਪੰਜਾਬ 'ਚ ਮਾਫੀਆ ਰਾਜ ਲਿਆਂਦਾ। ਅਤੇ ਨਹੀਂ ਵੇਖੋ ਜਿੰਨੇ ਕੁ ਲੋਕ ਜਿਹੜੇ ਆਏ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਅਪਲਾਈ ਕੀਤੀਆਂ ਉਹਨਾਂ ਲੇਡੀਜ਼ ਨੂੰ ਟਿਕਟਾਂ ਦੇ ਦਿੱਤੀਆਂ ਜੀ। ਕਈਆਂ ਦਿਨਾਂ ਤੋਂ ਇਲੈਕਸ਼ਨ ਜਿਹੜੀ ਸੀ ਚੱਲ ਰਹੀ ਸੀ ਪਰ ਜਿਸ ਦਿਨ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਜਾਂਦੇ ਆ ਪ੍ਰੈਸ ਵਾਲਿਆਂ ਨੂੰ ਉਸ ਦਿਨ ਹੀ ਹੁੰਦਾ ਕਿ ਹੁਣ ਐਕਚੁਅਲ ਐਕਸ਼ਨ ਜਿਹੜੀ ਹੈ ਸਟਾਰਟ ਹੋ ਗਈ ਹੈ ਵਾਹਿਗੁਰੂ ਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਇਸ ਹਲਕੇ 'ਚੋਂ ਡੇਰ ਬਾਬਾ ਨਾਨਕ 'ਚੋਂ ਦੋ ਵਾਰਾਂ ਲਗਾਤਾਰ ਗੁਰੂ ਮਹਾਰਾਜ ਨੇ ਜਿੱਤ ਬਖਸ਼ੀ ਆ ਔਰ ਤੀਜੀ ਵਾਰੀ ਫਿਰ ਅਰਦਾਸ ਕਰਕੇ ਆਇਆ ਕਿ ਬਾਬਾ ਨਾਨਕ ਜੇ ਤੇਰੀ ਸੇਵਾ ਕੀਤੀ ਹੈ ਤੇਰੇ ਇਲਾਕੇ ਦੀ ਸੇਵਾ ਕੀਤੀ ਆ ਤਾਂ ਮੇਰੇ 'ਤੇ ਕਿਰਪਾ ਕਰ ਔਰ ਤੀਜੀ ਵਾਰਾਂ ਵੀ ਜਿੱਤ ਦਵਾ ਤਾਂ ਕਿ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕਦਾ। ਮੇਰੇ ਹਿਸਾਬ ਨਾਲ ਤਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ ਕਿ ਸਰਦਾਰ ਭਗਵੰਤ ਸਿੰਘ ਸਿੱਧੂ ਦੀ ਔਲਾਦ ਨਵਜੋਤ ਸਿੰਘ ਸਿੱਧੂ ਦਾ ਪ੍ਰੋਪਰਟੀ ਦਾ ਤਾਂ ਉਹੀ ਰਾਈਟ ਉਹਦਾ ਹੀ ਬਣਦਾ ਸੀ ਅਤੇ ਠੀਕ ਹੈ ਕਿ ਜੇ ਭੈਣਾਂ ਨੂੰ ਕੋਈ ਚੀਜ਼ ਸੀਗੀ ਲੋੜ ਸੀਗੀ ਤਾਂ ਨਵਜੋਤ ਸਿੱਧੂ ਨੂੰ ਤਾਂ ਤੁਸੀਂ ਆਪ ਵੇਖਿਆ ਉਹ ਤਾਂ ਜਿੱਥੇ ਜਾਂਦਾ 10-20 ਲੱਖ ਅਤੇ ਉਹ ਤਾਂ ਵੈਸੇ ਹੀ ਦਾਨ ਆਪਣੀ ਜੇਬ 'ਚੋਂ ਹੀ ਕਰ ਆਉਂਦਾ ਸੀ ਕਹਿ ਲਓ ਵੀ ਮੇਰੇ ਕੋਲ 50 ਲੱਖ ਰੁਪਇਆ ਤਾਂ ਉਹਨੇ ਇੱਕ ਥਾਂ ਕਿੱਥੇ ਤੁਹਾਡੇ ਸਾਹਮਣੇ ਕਾਂਗਰਸ ਜਿਹੜੀ ਤੀਜੇ ਨੰਬਰ 'ਤੇ ਆਉਂਦੀ ਆ ਬੀਜੇਪੀ ਜਿਹੜੀ ਅਮੀਰ ਆਦਮੀ ਆ ਉਹਨਾਂ ਦਾ ਅਮੀਰਾਂ ਦਾ ਤੁਸੀਂ ਹਾਲ ਹੀ ਵੇਖ ਲਿਆ ਤਾਂ ਹੀ ਤਾਂ ਕਿਸਾਨਾਂ ਨੂੰ ਕੁੱਟ ਕੁੱਟ ਕੇ ਉਹਨਾਂ ਨੇ ਬੁਰਾ ਹਾਲ ਕੀਤਾ। ਵੇਖੋ ਜੇ ਵੇਖੋ ਤੁਸੀਂ ਨਾ ਮੇਰੀ ਖਿਆਲ ਹੈ ਕਿ ਥੋੜ੍ਹਾ ਜਿਹਾ ਆਪਾਂ ਨੂੰ ਸੰਕੋਚ ਵਰਤਣਾ ਚਾਹੀਦਾ ਜਿਹੜੇ ਬੰਦੇ ਨਸ਼ਿਆਂ ਦੇ ਵਿੱਚ ਹੋਣ ਜਿਹੜੇ ਬੰਦੇ ਨਸ਼ਿਆਂ ਨੂੰ ਪੁਸ਼ਤ ਪੰਨੇ ਨਹੀਂ ਕਰਦੇ ਰਹੇ ਹੁਣ ਜਿਹੜਿਆਂ ਲੋਕਾਂ ਨੇ ਗੈਂਗਿਜ਼ਮ ਲਿਆਂਦਾ ਹੋਏ ਪੰਜਾਬ 'ਚ। ਮੈਂ ਅੱਜ ਵੀ ਤੁਹਾਨੂੰ ਕਹਿੰਦਾ ਔਰ ਪਹਿਲਾਂ ਵੀ ਕਹਿੰਦਾ ਰਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਦੇ ਟਾਈਮ 'ਚ ਜਿੰਨੀ ਦੇਰ ਜ਼ਿਆ ਉਹਨਾਂ ਦੇ ਹੱਥ ਦੇ ਵਿੱਚ ਪਾਵਰ ਰਹੀ ਉਨੀ ਦੇਰ ਤੱਕ ਇਸ ਪੰਜਾਬ ਦੇ ਵਿੱਚ ਮਾਫੀਆ ਰਾਜ ਦਾ ਕਿਤੇ ਨਾਂ ਨਹੀਂ ਸੀ। ਜੇ ਮਾਫੀਆ ਰਾਜ ਆਇਆ ਤਾਂ ਪ੍ਰਕਾਸ਼ ਸਿੰਘ ਬਾਦਲ ਜਿਸ ਦਿਨ ਹੈਲਪਲੈਸ ਹੋ ਗਏ ਉਸ ਦਿਨ ਜੀਜੇ ਸਾਲੇ ਨੇ ਪੰਜਾਬ 'ਚ ਮਾਫੀਆ ਰਾਜ ਲਿਆਂਦਾ। ਅਤੇ ਵੇਖੋ ਜਿੰਨੇ ਕੁ ਲੋਕ ਜਿਹੜੇ ਆਏ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਨ੍ਹਾਂ ਨੇ ਅਪਲਾਈ ਕੀਤੀਆਂ ਉਹਨਾਂ ਲੇਡੀਜ਼ ਨੂੰ ਟਿਕਟਾਂ ਦੇ ਦਿੱਤੀਆਂ ਜੀ। ਕਈਆਂ ਦਿਨਾਂ ਤੋਂ ਇਲੈਕਸ਼ਨ ਜਿਹੜੀ ਸੀ ਚੱਲ ਰਹੀ ਸੀ ਪਰ ਜਿਸ ਦਿਨ ਨੋਮੀਨੇਸ਼ਨ ਪੇਪਰ ਫਾਈਲ ਕੀਤੇ ਜਾਂਦੇ ਆ ਪ੍ਰੈਸ ਵਾਲਿਆਂ ਨੂੰ ਉਸ ਦਿਨ ਹੀ ਹੁੰਦਾ ਕਿ ਹੁਣ ਐਕਚੁਅਲ ਐਕਸ਼ਨ ਜਿਹੜੀ ਹੈ ਸਟਾਰਟ ਹੋ ਗਈ ਹੈ ਵਾਹਿਗੁਰੂ ਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਇਸ ਹਲਕੇ 'ਚੋਂ ਡੇਰ ਬਾਬਾ ਨਾਨਕ 'ਚੋਂ ਦੋ ਵਾਰਾਂ ਲਗਾਤਾਰ ਗੁਰੂ ਮਹਾਰਾਜ ਨੇ
जित बख्शी आ और तीजी बारी फिर अरदास करके आया कि बाबा नानक जे तेरी सेवा की है तेरे इलाके की सेवा की है तो मेरे ते कृपा कर और तीजी बार भी जित दुआ ता कि जेडे अधूरे काम ने उन्होंने पूरा कर सके। मेरे हिसाब से मैं तुम एक गल दसो कि सरदार भगवंत सिंह सिद्धू की औलाद नवजोत सिंह सिद्धू प्रॉपर्टी का तो उ राइट वह ही बनता से तो ठीक है कि जे भैनों कोई चीज़ सी लोड़ सी तो नवजोत सिद्धू ने तो तुम आप वेख्या वो तो जिते जाता 10-20 लाख तो वह तो वैसे ही दान अपनी जेब तो ही कर आता से कह लो भी मेरे को 50 लाख रुपया तो उन्हें एक थान कि थोड़े सामने कांग्रेस जी तीजे नंबर पर आती है बीजेपी जी अमीर आदमी अमीर का तो हाल ही वेख लिया ता ही तो किसानों कुट कुट के उन्होंने बुरा हाल किया। देखो जे सिद्धू जे देखो तुम ना मेरी ख्याल है कि थोड़ा जा आप संकोच वरतना चाहिए जेडे बंदे नशियां दे विच होण जेडे बंदे नशियां नूं पुश्त पन्ने नहीं करते रहे होण जिहड़ियां लोकां ने गैंगिज़म लिया हो पंजाब मैं अज भी तुहानूं कहिंदा और पहला भी कहिंदा रहा कि सरदार प्रकाश सिंह दे बादल दे टाइम च जिन्नी देर जिहा उहनां दे हथ दे विच पावर रही उन्नी देर तक इस पंजाब दे विच माफिया राज दा किते नां नहीं सी। जे माफिया राज आया तो प्रकाश सिंह बादल जिस दिन हेल्पलैस हो गए उस दिन जीजे साले ने पंजाब च माफिया राज लिया। वेखो जिन्ने एक लोग जोड़े आए ने उन्होंने टिकटा दिखाई जिन्होंने अप्लाई की उन्होंने लेडीज़ टिकटा दे दी जी। वर्ल्ड फेमस बाबा सलीम खान एक बार गोल्ड मेडलिस्ट सारियां थावां तो निराश अते मायूस होने वाले एक बार फोन जरूर करो जिवें चाहोगे ओवें होएगा। इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल। वशीकरण अते मुठकरनी लव मैरिज सौतन अते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनपन जा दुटोना मनमोहनी वशीकरण करवाओ जा तोड़वाओ रुसे नू मनाओ हुणे कॉल करो बाबा सलीम खान 9819-37467। अलीशा बेगम ना कोई चुनौती ना कोई इनाम सिर्फ कम नु सलाम वशीकरण करवाना होवे जा तुड़वाना होवे प्यार विच धोखा व्याह लई मां-बाप दा ना मनणा कम ओही जो सिर चढ़ के बोले इधर उधर ना पटको दुआ भी तकदीर बदल सकदी है सोचन नाल नहीं फोन करन नाल दुख दूर होवेगा झूठे ते मिठे बन के लुटन वालियां तो सावधान हर समस्या दा हल 3 दिनां विच कीता जांदा है। जे तुहाडी किस्मत च लॉटरी है तां इस नु किवें प्राप्त कीता जावे सुपर स्पैशलिस्ट पति अते पत्नी विच घर दरार प्रेम व्याह नौकरी कारोबार विच रुकावट अदालती केस तलाक दा केस सौंकन दुश्मन तो छुटकारा पाओ लॉटरी सट्टा नंबर वशीकरण करवाना जां तुड़वाना बीमारी दवाई दा ना लगना अलीशा बेगम